दूसरी गल आ की जी, जदों रमला साहब 2012 दे विच मैं मिली हां उन्हां नूं, हां जी ठीक है, उस टाइम उन्हां दे हालात इन्ने गंभीर सीगे कि मैनूं मजबूरन अपने कोल लियाना पिया। अज इन्हां नूं नवजोत राणी इन्नी बुरी लगदी आ, उस टाइम जदों मनजीत कौर गाउंदी सी उदों इह किथे सी, उदों लै जांदियां उहनूं अपने कोल। ਜਦੋਂ ਤੇਜਵੀਰ ਨੇ ਇੰਨੇ ਉਹਦੇ ਤੇ ਇੰਨੇ ਉਹਦੇ ਤੇ ਬਹੁਤ ਉਹਦੀ ਬੁਰੀ ਹਾਲਤ ਕੀਤੀ ਜੀ, ਸਾਰੇ ਦੁਨੀਆ ਨੂੰ ਪਤਾ ਕਿ ਤੇਜਵੀਰ ਰਾਜੂ ਨੇ ਉਹਦੇ ਨਾਲ ਕੀ ਕੀਤਾ। ਉਦੋਂ ਇਹਨਾਂ ਨੂੰ ਤਰਸ ਨਹੀਂ ਆਇਆ ਵੀ ਸਾਡੇ ਪਿਓ ਨਾਲ ਕੀ ਹੋ ਰਿਹਾ, ਠੀਕ ਹੈ, ਉਦੋਂ ਬੇਟੀਆਂ ਕਿੱਥੇ ਸੀਗੀਆਂ। ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਰਮਲਾ ਸਾਹਿਬ ਆਪਣੀਆਂ ਇੰਟਰਵਿਊਆਂ 'ਚ ਖੁਦ ਦੱਸ ਕੇ ਗਏ ਆ ਕਿ ਕਿੱਥੇ ਉਹਦੀ ਕੇਅਰ ਹੁੰਦੀ ਸੀ ਕਿੱਥੇ ਨਹੀਂ ਹੁੰਦੀ। ਬਹੁਤ ਇੱਕ ਗਲਤ ਜਨਾਨੀ ਦਾ ਨਾਮ ਦਿੱਤਾ ਗਿਆ ਜੀ, ਮੈਨੂੰ ਇੱਕ ਬੱਤੀ ਦਾ ਨਾਮ ਦਿੱਤਾ ਗਿਆ ਜੀ, ਹਰਾਮ ਦੇ ਉਹ ਬੱਚੇ ਹੁੰਦੇ ਜਿਨ੍ਹਾਂ ਨੇ ਕੁਆਰੀਆਂ ਨੇ ਜੰਮੇ। ਟੀ ਪਲੀਜ਼, ਉਸ ਮਹਾਨ ਬੰਦੇ ਦੀ ਹੋਣੀ ਜਿਹਨੂੰ ਦੁਨੀਆਂ ਨੇ ਦਿਲਾਂ ਦੇ ਵਿੱਚ ਜਿਹੜਾ ਬੰਦਾ ਰਾਜ ਕਰਦਾ ਸੀ ਦੁਨੀਆਂ। ਇਹ ਮੈਨੂੰ ਉੱਥੇ ਅਦਾਲਤ 'ਚ ਪੁੱਛਦੀ ਆ ਤੇਰੇ ਰਿਲੇਸ਼ਨ ਕੀ ਆ, ਅੱਜ ਉਹੀ ਕੁੜੀ ਉੱਠ ਕੇ ਮੇਰੇ ਇੱਕ ਔਰਤ ਹੋ ਕੇ ਇੱਕ ਔਰਤ ਦੇ ਇੰਨਾ ਵਾਰ ਖਿਲਾਫ਼ ਬੋਲ ਰਹੀ ਆ ਕਿ ਸੁਣ ਨਹੀਂ ਹੁੰਦਾ ਵੀ। ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਮੈਂਡੀ ਤੁਸੀਂ, ਜੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਸਾਡੇ ਫਾਦਰ ਨੂੰ ਕੁੱਟਮਾਰ ਹੁੰਦੀ ਹੈ, ਕਿਉਂ ਨਹੀਂ ਲੈ ਕੇ ਗਈਆਂ ਆਪਣੇ ਕੋਲ। ਟਾਈਮ ਮੇਰੀ ਮੇਰੀ ਬੁੱਕਲ ਦੇ ਵਿੱਚ ਰਮਲਾ ਸਾਹਿਬ ਦਾ ਸਿਰ ਸੀਗਾ, ਰਮਲਾ ਸਾਹਿਬ ਹੀ ਦਿਖ ਰਹੇ ਸੀ ਕਿ ਕਿਉਂਕਿ ਇੱਕ ਬੰਦੇ ਦੀ ਜਾਨ ਨਿਕਲ ਰਹੀ ਆ। ਹੁਸਨਾ ਸਿੰਘ ਵਿੱਚ ਇੱਕ ਉਸਤਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ GT ਰੋਡ FM ਅਤੇ ਮੈਂ ਵਰਿੰਦਰ। ਦੋਸਤੋ, ਪਿਛਲੇ ਦਿਨੀ 18 ਮਾਰਚ 2020 ਨੂੰ ਕਰਤਾਰ ਰਮਲਾ ਪੰਜਾਬ ਦੇ ਮਸ਼ਹੂਰ ਗਾਇਕ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿੱਥੇ ਉਹਨਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਵਿੱਚ ਬਹੁਤ ਦੁੱਖ ਹੈ, ਉੱਥੇ ਹੀ ਉਹਨਾਂ ਦੀ ਮੌਤ ਤੋਂ ਬਾਅਦ ਬਹੁਤ ਵਿਵਾਦ ਬਣਿਆ ਹੋਇਆ ਉਹਨਾਂ ਦੀ ਮੌਤ ਨੂੰ ਲੈ ਕੇ। ਔਰ ਇਸੇ ਮਸਲੇ ਦੇ ਉੱਪਰ ਉਹਨਾਂ ਦੀ ਬੇਟੀ ਨੇ ਕਈ ਇਲਜ਼ਾਮ ਲਗਾਏ ਨੇ ਨਵਜੋਤ ਰਾਣੀ ਜੀ ਦੇ ਉੱਪਰ, ਔਰ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਆ ਨਵਜੋਤ ਜੀ ਦੇ ਉੱਪਰ, ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਫੋਨ ਲਾਈਨ 'ਤੇ ਨਵਜੋਤ ਰਾਣੀ ਜੀ ਜੁੜੇ ਹੋਏ ਨੇ। ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਤੋਂ ਸਾਰੀ ਜਾਣਕਾਰੀ ਲੈਂਦੇ ਹਾਂ ਕਿ ਪੂਰਾ ਮਾਮਲਾ ਕੀ ਹੈ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਨਵਜੋਤ ਜੀ, ਤੁਹਾਡੇ ਉੱਪਰ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ। ਕਰਤਾਰ ਰਮਲਾ ਦੀ ਬੇਟੀ ਜੋ ਕਿਹਾ ਹੈ ਕਿ ਮੇਰੇ ਪਿਤਾ ਦਾ ਕਤਲ ਹੋਇਆ, ਅਸਲ ਵਿੱਚ ਪੂਰਾ ਮਾਮਲਾ ਕੀ ਹੈ ਜੀ? ਵੀਰ ਜੀ, ਪਹਿਲਾਂ ਤਾਂ ਮੈਂ ਸਾਰਿਆਂ ਦਾ, ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀਆਂ ਦਾ, ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੇਰੇ ਅੱਜ ਨਾਲ ਉਹਨਾਂ ਦੀ ਰੂਬਰੂ ਮੈਂ ਹੋ ਰਹੀ ਹਾਂ, ਠੀਕ ਹੈ। ਮੇਰੇ ਨਾਲ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਕਿ ਮੈਨੂੰ ਬਹੁਤ ਕੌਲ ਆ ਰਹੀਆਂ ਨੇ ਕਿ ਮੈਨੂੰ ਮੇਰਾ ਅਫਸੋਸ ਉਹਨਾਂ ਨੇ ਰਮਲਾ ਸਾਹਿਬ ਦਾ ਜੋ ਕੀਤਾ ਹੈ, ਮੇਰਾ ਇੱਕ ਮੈਨੂੰ ਇੱਕ ਹੌਂਸਲਾ ਵੀ ਦਿੱਤਾ ਤੇ ਮੇਰਾ ਦੁੱਖ ਵੀ ਉਹਨਾਂ ਨੇ ਮਨਾਇਆ, ਠੀਕ ਹੈ ਜੀ। ਦੂਸਰੀ ਗੱਲ ਆ ਕਿ ਜੀ, ਜਦੋਂ ਰਮਲਾ ਸਾਹਿਬ 2012 ਦੇ ਵਿੱਚ ਮੈਂ ਮਿਲੀ ਹਾਂ ਉਹਨਾਂ ਨੂੰ, ਹਾਂਜੀ ਠੀਕ ਹੈ, ਉਸ ਟਾਈਮ ਉਹਨਾਂ ਦੇ ਹਾਲਾਤ ਇੰਨੇ ਗੰਭੀਰ ਸੀਗੇ ਕਿ ਮੈਨੂੰ ਮਜਬੂਰਨ ਆਪਣੇ ਕੋਲ ਲਿਆਉਣਾ ਪਿਆ, ਠੀਕ ਹੈ। ਠੀਕ ਹੈ ਜੀ। ਓਕੇ, ਉਸ ਟਾਈਮ ਮੇਰੇ ਤੋਂ ਪਹਿਲਾਂ 10 ਸਾਲ ਮਨਜੀਤ ਨੇ ਗਾਇਆ ਜੀ, ਮਨਜੀਤ ਕੌਰ, ਠੀਕ ਹੈ। ਉਸ ਤੋਂ ਬਾਅਦ 7 ਸਾਲ ਤੇਜਵੀਰ ਰਾਜੂ ਗਾ ਕੇ ਗਈ ਆ ਜੀ, ਠੀਕ ਹੈ। ਅੱਜ ਇਹਨਾਂ ਨੂੰ ਨਵਜੋਤ ਰਾਣੀ ਇੰਨੀ ਬੁਰੀ ਲੱਗਦੀ ਆ, ਉਸ ਟਾਈਮ ਜਦੋਂ ਮਨਜੀਤ ਕੌਰ ਗਾਉਂਦੀ ਸੀ ਉਦੋਂ ਇਹ ਕਿੱਥੇ ਸੀ, ਉਦੋਂ ਲੈ ਜਾਂਦੀਆਂ ਉਹਨੂੰ ਆਪਣੇ ਕੋਲੇ, ਠੀਕ ਹੈ। ਹਾਂਜੀ, ਜਦੋਂ ਤੇਜਵੀਰ ਨੇ ਇੰਨੇ ਉਹਦੇ ਤੇ ਇੰਨੇ ਉਹਦੇ ਤੇ ਬਹੁਤ ਉਹਦੀ ਬੁਰੀ ਹਾਲਤ ਕੀਤੀ ਜੀ, ਸਾਰੇ ਦੁਨੀਆਂ ਨੂੰ ਪਤਾ ਕਿ ਤੇਜਵੀਰ ਰਾਜੂ ਨੇ ਉਹਦੇ ਨਾਲ ਕੀ ਕੀਤਾ। ਉਦੋਂ ਇਹਨਾਂ ਨੂੰ ਤਰਸ ਨਹੀਂ ਆਇਆ ਵੀ ਸਾਡੇ ਪਿਓ ਨਾਲ ਕੀ ਹੋ ਰਿਹਾ, ਠੀਕ ਹੈ, ਉਦੋਂ ਬੇਟੀਆਂ ਕਿੱਥੇ ਸੀਗੀਆਂ, ਠੀਕ ਹੈ। ਅੱਜ ਰਮਲਾ ਸਾਹਿਬ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਰਮਲਾ ਸਾਹਿਬ ਆਪਣੀਆਂ ਇੰਟਰਵਿਊਆਂ 'ਚ ਖੁਦ ਦੱਸ ਕੇ ਗਏ ਆ ਕਿ ਕਿੱਥੇ ਉਹਦੀ ਕੇਅਰ ਹੁੰਦੀ ਸੀ ਕਿੱਥੇ ਨਹੀਂ ਹੁੰਦੀ। ਜੀ, ਮੈਂ 2 ਸਾਲ ਪਹਿਲਾਂ ਤੁਹਾਨੂੰ ਤੁਹਾਡੇ ਘਰ ਮਿਲਿਆ ਸੀਗਾ ਆ ਕੇ, ਮੈਂ ਵੀ ਗੱਲਬਾਤ ਵੀ ਕੀਤੀ ਸੀਗੀ, ਔਰ ਉਹਦੇ ਵਿੱਚ ਵੀ ਉਹ ਸਾਫ ਝਲਕ ਰਿਹਾ ਸੀਗਾ ਕਿ ਖੁਸ਼ ਸੀਗੇ ਜੀ। ਹਾਂਜੀ ਵੀਰ ਜੀ। ਹਾਂਜੀ, ਔਰ ਇਹ ਫਿਰ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਥਾਣੇ ਦੇ ਵਿੱਚ ਉਹਨਾਂ ਨੂੰ ਬੁਲਾਉਣਾ, ਤੇ ਇਹ ਮਸਲਾ ਕਿਸ ਤਰ੍ਹਾਂ ਬਣਿਆ, ਕੀ ਸੀ ਪੂਰਾ ਮਾਮਲਾ? ਥਾਣੇ ਦੇ ਵਿੱਚ ਦੇਖੋ ਜੀ, 2-3 ਮਹੀਨੇ ਮੈਂ ਕਿਸੇ ਨੂੰ ਕੋਈ ਪਰੇਸ਼ਾਨ ਨਾ ਕੀਤਾ, ਨਾ ਮੈਨੂੰ ਕੀਤਾ ਗਿਆ ਸੀ, ਠੀਕ ਹੈ। ਜਦ ਯੂਟਿਊਬ ਦੇ ਉੱਤੇ ਮੇਰੀ ਇੱਕ ਇੰਟਰਵਿਊ ਆਈ ਰਮਲਾ ਸਾਹਿਬ ਦਾ ਕਰਕੇ ਜਗਦੇਵ ਟਹਿਣਾ ਜੀ ਨੇ ਲਈ, ਠੀਕ ਹੈ, ਉਸ ਇੰਟਰਵਿਊ 'ਚ ਮੈਂ ਕਿਸੇ ਦੇ ਵੀ ਵਿਰੁੱਧ ਕੁਛ ਨਹੀਂ ਬੋਲੀ ਜੀ, ਨਾ ਮੈਂ ਇਹਨਾਂ ਦੀ ਪਹਿਲੀ ਪਤਨੀ ਦੇ, ਨਾ ਬੇਟਿਆਂ ਦੇ, ਨਾ ਪਰਮਜੀਤ ਸੰਧੂ ਦੇ, ਨਾ ਮਹਿੰਦੀ ਸੈਂਡੀ ਸੰਧੂ ਦੇ, ਠੀਕ ਹੈ, ਮੈਂ ਕਿਸੇ ਦੀ ਵੀ ਵਾਰ ਖਿਲਾਫ਼ ਕੁਛ ਨਹੀਂ। ਜਦ ਮੈਂ ਕੋਈ ਟਿੱਪਣੀ ਨਹੀਂ ਕਸੀ, ਇਹਨਾਂ ਨੇ ਮੈਨੂੰ ਜੋ ਮੇਰੀ ਇੰਟਰਵਿਊ ਦੇ ਥੱਲੇ ਇਹਨਾਂ ਨੇ ਜੋ ਲਿੰਕ ਭੇਜੇ ਨੇ, ਜੋ ਵੀ ਇਹਨਾਂ ਨੇ, ਬਹੁਤ ਇੱਕ ਗਲਤ ਜਨਾਨੀ ਦਾ ਨਾਮ ਦਿੱਤਾ ਗਿਆ ਜੀ, ਮੈਨੂੰ ਇੱਕ ਗਸਤ ਦਾ ਨਾਮ ਦਿੱਤਾ ਗਿਆ ਜੀ, ਠੀਕ ਹੈ, ਏਦਾਂ ਕਿਹਾ ਗਿਆ ਕਿ ਇਹਨੇ 10 ਵਿਆਹ ਕਰਾਏ ਹੋਏ ਆ, 3 ਨੇ ਮਰਡਰ ਕੀਤੇ ਹੋਏ ਆ, ਠੀਕ ਹੈ,
ਏਦਾਂ ਦੀ ਐਲੀਗੇਸ਼ਨ ਜੀ ਕੌਣ, ਮੈਂ ਤਾਂ ਫਿਰ ਹੁਣ ਪੁਲਿਸ ਥਾਣੇ ਚ ਪੁੱਛਣਾ ਸੀਗਾ ਜੀ, ਜਿਹੜੇ 3 ਮਰਡਰ ਕੀਤੇ ਸਬੂਤ ਦੇਣ। ਠੀਕ ਹੈ, ਇੱਕ ਇਹਨਾਂ ਦੇ ਨਾਲ ਮੁੰਡਾ ਰਲਿਆ ਹੋਇਆ ਸਨੀ ਮਹਿਰਾ, ਜੋ ਕਿ ਮਹਿੰਦੀ ਸੰਧੂ ਦੇ ਕਲੋਜ ਜ਼ਿਆਦਾ ਹੈ। ਠੀਕ ਹੈ, ਇੱਕ ਮੁੰਡਾ ਕਿਸੇ ਔਰਤ ਤੇ ਏਦਾਂ ਐਲੀਗੇਸ਼ਨ ਲਾਉਂਦਾ ਜੀ, ਇਹ ਇਹਨੇ ਬੱਚੇ ਜੰਮੇ ਹੋਏ ਆ ਜੀ, ਪਤਾ ਨੀ ਕਿਹਦੇ ਬੱਚੇ, ਹਰਾਮ ਦੇ ਬੱਚੇ ਜੰਮੇ ਆ। ਠੀਕ ਹੈ, ਜਿਹਨੇ ਜਿਸ ਔਰਤ ਨੇ ਮੈਰਿਜ ਕਰਾ ਕੇ ਆਪਣੇ ਹਸਬੈਂਡ ਦੇ ਬੱਚੇ ਜੰਮੇ ਹੋਣ, ਉਹ ਹਰਾਮ ਦੇ ਨਹੀਂ ਹੁੰਦੇ ਜੀ, ਹਰਾਮ ਦੇ ਉਹ ਬੱਚੇ ਹੁੰਦੇ ਜਿਨ੍ਹਾਂ ਨੇ ਕੁਆਰੀਆਂ ਨੇ ਜੰਮੇ ਹੋਣ। ਠੀਕ ਹੈ, ਮੈਂ ਕੁਆਰੀ ਨੇ ਬੱਚੇ ਨਹੀਂ ਜੰਮੇ ਸੀ, ਮੈਂ ਆਪਣੀ ਮੈਰਿਜ ਕਰਵਾ ਕੇ ਮੇਰੇ ਬੱਚੇ ਹੋਏ ਸੀ। ਠੀਕ ਹੈ, ਤੁਸੀਂ ਮੇਰੀ ਜਗ੍ਹਾ ਤੁਸੀਂ ਵੇਖੋ ਵੀਰ ਜੀ, ਸਾਰੇ ਸਾਰੇ ਸੁਣ ਰਹੇ ਨੇ, ਸਾਰੇ ਸੁਣ ਰਹੇ। ਉਸ ਟਾਈਮ ਮੇਰੀ ਜਗ੍ਹਾ ਕੌਣ ਹੁੰਦਾ, ਜੋ ਕੋਈ ਵੀ ਹੁੰਦਾ ਤਾਂ ਉਹ ਪੁਲਿਸ। ਮੈਂ ਕੋਈ ਲਾਈਵ ਹੋ ਕੇ ਨਹੀਂ ਬੋਲੀ, ਮੈਂ ਕੋਈ ਯੂਟਿਊਬ ਤੇ ਗੰਦ ਨਹੀਂ ਪਾਇਆ ਜੀ, ਮੈਂ ਸਿਰਫ ਕਾਨੂੰਨ ਦਾ ਦਰਵਾਜ਼ਾ ਖਟਖੜਾਇਆ। ਠੀਕ ਹੈ, ਮੈਂ ਜੋ ਵੀ ਕਦਮ ਚੱਕਿਆ ਕਾਨੂੰਨ ਦੇ ਰਾਹੀਂ ਚੱਕਿਆ ਤੇ ਚੱਕੂੰਗੀ। ਠੀਕ ਹੈ, ਮੈਂ ਯੂਟਿਊਬ ਤੇ ਗੰਦਾ ਬੋਲਣ ਨੂੰ ਕੀ ਹੈ ਜੀ, ਮੈਂ ਬੋਲੀ ਜਾਂਦੀ ਹਾਂ, ਉਹ ਬੋਲੀ ਜਾਣ, ਮੈਂ ਬੋਲੀ ਜਾਊਂਗੀ, ਸਾਡਾ ਕੁਛ ਨਹੀਂ ਜਾਣਾ। ਉਹ ਉਹੀ ਮੂੰਹ ਮੇਰੇ ਲੱਗਾ, ਮੈਂ ਵੀ ਬੋਲ ਸਕਦੀ ਹਾਂ ਜੀ। ਹਾਂਜੀ ਹਾਂਜੀ, ਕਿ ਨਹੀਂ ਚਾਹੁੰਦੀ, ਕਿਉਂਕਿ ਸਾਡਾ ਕੁਛ ਨਹੀਂ ਜਾਣਾ। ਮਿੱਟੀ ਪਲੀਤ ਉਸ ਮਹਾਨ ਬੰਦੇ ਦੀ ਹੋਣੀ ਜਿਹਨੂੰ ਦੁਨੀਆ ਨੇ ਦਿਲਾਂ ਦੇ ਵਿੱਚ, ਜਿਹੜਾ ਬੰਦਾ ਰਾਜ ਕਰਦਾ ਸੀ ਦੁਨੀਆ ਦੇ। ਠੀਕ ਹੈ ਜੀ, ਇਹ ਮੈਨੂੰ ਉੱਥੇ ਅਦਾਲਤ ਚ ਪੁੱਛਦੀ ਆ, ਤੇਰੇ ਰਿਲੇਸ਼ਨ ਕੀ ਆ। ਠੀਕ ਹੈ, ਕੀ ਗੱਲ, ਰਿਲੇਸ਼ਨ ਸਿਰਫ ਗਲਤੀ ਹੁੰਦੇ ਆ, ਕੋਈ ਪਵਿੱਤਰ ਰਿਲੇਸ਼ਨ ਨਹੀਂ ਕਿਸੇ ਦੇ ਹੁੰਦੇ। ਮੈਨੂੰ ਮੇਰੇ ਬੱਚਿਆਂ ਨੂੰ, ਨਿੱਕਿਆਂ ਨਿੱਕਿਆਂ ਨੂੰ ਉਸ ਇਨਸਾਨ ਨੇ ਪਾਲ ਕੇ ਵੱਡੇ ਕੀਤਾ। ਮੇਰੇ ਲਈ ਤਾਂ ਉਹ ਰੱਬ ਸੀ, ਮੈਂ ਉਹਨੂੰ ਰੱਬ ਦਾ ਦਰਜਾ ਦਿੰਨੀ ਆ। ਠੀਕ ਹੈ, ਮੈਨੂੰ ਰੱਬ ਦੇ ਵਿੱਚੋਂ, ਆਪਾਂ ਮਾਂ ਪਿਓ ਨੂੰ ਵੀ ਦੇਖਦੇ ਆ, ਭੈਣ ਨੂੰ ਵੀ ਦੇਖਦੇ, ਭਰਾ ਨੂੰ ਵੀ, ਸਹੁਰੇ ਨੂੰ ਵੀ, ਹਰ ਇੱਕ ਰਿਸ਼ਤਾ ਆਉਂਦਾ ਜੀ। ਮੈਂ ਹਰ ਇੱਕ ਰਿਸ਼ਤਾ ਉਹਨਾਂ ਦੇ ਵਿੱਚੋਂ ਦੇਖਿਆ। ਠੀਕ ਹੈ, ਮੈਂ ਉਹਨਾਂ ਨੂੰ ਆਪਣੇ ਰੱਬ ਦਾ ਰੂਪ ਦਿੱਤਾ ਹੋਇਆ। ਠੀਕ ਹੈ, ਇਸ ਤੋਂ ਉੱਪਰ ਹੋਰ ਕੋਈ ਰਿਸ਼ਤਾ ਨਾ ਹੋ ਸਕਿਆ ਤੇ ਨਾ ਕੋਈ ਹੋਊਗਾ। ਰਿਸ਼ਤਾ ਤਾਂ ਇਹਨਾਂ ਦਾ ਵੀ ਸੀਗਾ, ਰਿਸ਼ਤਾ ਇਹਨਾਂ ਦਾ ਸੀਗਾ ਜੀ, ਮਹਿੰਦੀ ਸੰਧੂ ਦੀ ਮਾਂ ਦਾ ਰਿਸ਼ਤਾ ਸੀ ਉਹਦੇ ਨਾਲ, ਹਸਬੈਂਡ ਵਾਈਫ ਵਾਲਾ। ਇਹਨਾਂ ਨੇ ਕਿਉਂ ਨੀ ਉਹਨੂੰ ਰੱਖਿਆ ਨਾਲ ਜੀ? ਉਹਨਾਂ ਨੇ ਜਦ ਰਮਲਾ ਸਾਹਿਬ ਲੁਧਿਆਣੇ ਜਾਂਦੇ ਸੀ, ਰਮਲਾ ਸਾਹਿਬ ਜਾਂਦੇ ਸੀ ਵੀਰ ਜੀ, ਸੋਰੀ ਮੈਂ ਕੁਛ ਜ਼ਿਆਦਾ ਬੋਲ ਰਹੀ ਆ, ਨਹੀਂ ਨਹੀਂ ਜੀ, ਸੋਰੀ ਮੰਗਦੀ ਆ ਤੁਹਾਡੇ, ਕਿਉਂਕਿ ਜਦੋਂ ਦੁੱਖਾਂ ਦਾ ਦਿਲ ਦੇ ਵਿੱਚ ਬੰਦਾ ਜ਼ਰੂਰ ਬੋਲਦਾ ਜੀ। ਹਾਂਜੀ ਜੀ, ਠੀਕ ਹੈ, ਜਦ ਮੈਂ ਜਾਂਦੀ ਸੀ ਲੁਧਿਆਣੇ, ਮਹਿੰਦੀ ਸੰਧੂ ਨੂੰ ਖੁਦ ਮੈਂ ਆਪਣੇ ਹੱਥੀਂ ਪੈਸੇ ਦੇ ਦੇ ਕੇ ਆਉਂਦੀ ਰਹੀ ਆ ਜੀ। ਠੀਕ ਹੈ, ਮੇਰੇ ਮਨ ਚ ਪਾਪ ਨਹੀਂ ਸੀ, ਮੈਂ ਸਿਰਫ ਇਹ ਸੋਚਿਆ ਸੀ ਕਿ ਜਦ ਮੇਰੇ ਬੱਚਿਆਂ ਨੂੰ, ਛੋਟੇ ਛੋਟਿਆਂ ਨੂੰ ਪਾਲ ਕੇ ਰਮਲਾ ਸਾਹਿਬ ਨੇ ਐਡੇ ਕੀਤਾ, ਤੇ ਜੇ ਉਹਦੀਆਂ ਕੁੜੀਆਂ ਨੂੰ ਕੋਈ 4 ਪੈਸੇ ਅਸੀਂ ਦੇ ਦਾਂਗੇ ਤਾਂ ਕੁਛ ਕਰ ਸਕਦੇ, ਉਹ ਵੀ ਤਾਂ ਬੱਚੇ ਨੇ ਮੇਰੇ, ਮੇਰੇ ਵੀ ਤਾਂ ਕੁਛ ਲੱਗਦੇ। ਠੀਕ ਹੈ, ਅੱਜ ਉਹੀ ਕੁੜੀ ਉੱਠ ਕੇ ਮੇਰੇ ਇੱਕ ਔਰਤ ਹੋ ਕੇ ਇੱਕ ਔਰਤ ਦੇ ਇੰਨਾ ਵਰ ਖਿਲਾਫ਼ ਬੋਲ ਰਹੀ ਆ ਕਿ ਸੁਣ ਨਹੀਂ ਹੁੰਦਾ ਵੀਰ ਜੀ। ਠੀਕ ਹੈ ਜੀ ਜੀ ਜੀ, ਔਰ ਉਹਨਾਂ ਨੇ ਰਾਤਾਂ ਦੀ ਦਿਨ ਦੀ ਨੀਂਦ ਹਰਾਮ ਇਹਨਾਂ ਨੇ ਕਰ ਛੱਡੀ ਆ, ਹਾਲਾਂਕਿ ਮੇਰਾ ਕਸੂਰ ਨਹੀਂ ਕੋਈ। ਜਿਸ ਬੰਦੇ ਨੂੰ ਮੈਡੀਕਲ ਚ ਰੈਫਰ ਕੀਤਾ ਗਿਆ, 2-3 ਬੰਦਾ ਘੰਟੇ ਉਹ ਮੈਡੀਕਲ ਚ ਰਿਹਾ ਹੈ, ਉਸ ਨੂੰ ਕੀ ਨਾਮ ਦਿੰਦੇ ਨੇ ਇਹ, ਕਤਲ ਕਿਵੇਂ ਕੀਤਾ ਗਿਆ ਜੀ? ਜੀ ਅੱਛਾ, ਕੀ ਗੱਲ, ਮੈਂ ਕਤਲ ਕੀਤਾ, ਡਾਕਟਰਾਂ ਪਤਾ ਨੀ ਲੱਗਿਆ ਕਿ ਇਹਨੂੰ ਜ਼ਹਿਰ ਦਿੱਤਾ ਹੈ ਜਾਂ ਇਹਦਾ ਅਟੈਕ ਨਾਲ ਮੌਤ ਹੋਈ ਹੈ। ਇਹ ਗੱਲ ਉਹਨਾਂ ਨੇ ਆਪ ਵੀ ਮੰਨੀ ਹੈ ਕਿ ਉਹ ਪਹਿਲਾਂ ਬਿਮਾਰ ਸੀਗੇ, ਕਾਫੀ ਟਾਈਮ ਉਹਨਾਂ ਨੂੰ ਲਿਜਾਇਆ ਨਹੀਂ ਗਿਆ ਹਸਪੀਟਲ ਵੀ। ਹਾਂਜੀ, ਉਸ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਸਿਰਫ 11 ਵਜੇ ਉਹਨਾਂ ਨੂੰ ਸਿਰਫ ਘਬਰਾਹਟ ਹੋਣੀ ਸ਼ੁਰੂ ਹੋਈ, ਕਹਿੰਦੇ ਮੈਨੂੰ ਘਬਰਾਹਟ ਹੋ ਰਹੀ ਆ, ਅਸੀਂ ਇਨੋ ਮੰਗਾ ਕੇ ਕੰਮ ਵਾਲੀ ਤੋਂ ਦਿੱਤਾ। ਠੀਕ ਹੈ, ਇਨੋ ਪੀ ਕੇ, ਕਿਉਂਕਿ ਕਈ ਵਾਰੀ ਇਹ ਸੋਚ ਲਿਆ, ਮੈਨੂੰ ਇਹ ਹੋ ਗਿਆ ਕਿ ਤੇਜ਼ਾਬ ਬਣ ਗਿਆ, ਕਰੇਲੇ ਖਾ ਲਏ ਆ, ਤੇਜ਼ਾਬ ਨਾਲ ਇਹਨਾਂ ਨੂੰ ਘਬਰਾਹਟ ਹੋ ਰਹੀ ਆ। ਠੀਕ ਹੈ, ਇਨੋ ਪੀ ਕੇ ਉਹ ਪੈ ਗਏ ਆ, ਇਹ 10:30-11 ਦਾ ਟਾਈਮ ਸੀਗਾ। ਠੀਕ ਹੈ, ਇਨੋ ਪੀ ਕੇ ਪੈ ਗਏ, ਚਲੋ ਮੈਂ ਥੋੜਾ ਬਹੁਤਾ ਘਰ ਦਾ ਕੰਮ ਕਰਨ ਲੱਗ ਗਈ ਆ ਜੀ। ਠੀਕ ਹੈ, ਇੱਕ ਟਾਈਮ, ਇੱਕ ਮਿੰਟ ਬੰਦਾ ਉਹ 12 ਵਜੇ ਉੱਠਿਆ, 1 ਮਿੰਟ ਚ ਉੱਠ ਕੇ ਬਾਥਰੂਮ ਗਿਆ, ਬਾਥਰੂਮ ਚ ਜਾ ਕੇ ਉਹਨਾਂ ਨੂੰ ਇੱਕ ਉਲਟੀ ਆਈ ਆ, ਉਲਟੀ ਦੇ ਨਾਲ ਉਹਨਾਂ ਦਾ ਸਾਰਾ ਸਰੀਰ ਠਰ ਗਿਆ। ਠੀਕ ਹੈ, ਮੈਂ ਘਰੇ ਡਾਕਟਰ ਬੁਲਾਇਆ ਜੀ, ਉਸ ਟਾਈਮ 12:15 ਦਾ ਟਾਈਮ ਸੀ, ਮੈਂ ਰੂਹ ਬਰੂ ਡਾਕਟਰ ਨੂੰ ਵੀ ਕਰ ਸਕਦੀ ਹਾਂ। ਠੀਕ ਹੈ, ਉਸ ਟਾਈਮ 12:15-12:30 ਦਾ ਟਾਈਮ ਸੀਗਾ। ਠੀਕ ਹੈ, ਜਦੋਂ ਮੈਂ ਡਾਕਟਰ ਨੂੰ ਘਰੇ ਬੁਲਾਇਆ, ਕਿਉਂਕਿ ਰਮਲਾ ਸਾਹਿਬ ਕਹਿੰਦੇ ਸੀ ਮੈਂ ਹੋਸਪਿਟਲ ਨਹੀਂ ਜਾਣਾ, ਮੈਨੂੰ ਲੋਕ ਸਮਝਣਗੇ ਇਹਨੂੰ ਕਰੋਨਾ ਹੋ ਗਿਆ। ਠੀਕ ਹੈ, ਜਦੋਂ ਡਾਕਟਰ ਨੂੰ ਘਰੇ ਬੁਲਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਜੀ ਇਹਨਾਂ ਨੂੰ ਤੁਸੀਂ ਹੋਸਪਿਟਲ ਲੈ ਜਾਓ, ਇਹਨਾਂ ਨੂੰ ਲੱਗਦਾ ਕਿ ਅਟੈਕ ਪ੍ਰੋਬਲਮ ਆਈ ਹੈ। ਠੀਕ ਹੈ, ਉਸੇ ਟਾਈਮ ਮੈਂ ਚੱਕ ਕੇ ਸੁਖਮਣੀ ਹੋਸਪਿਟਲ ਲੈ ਕੇ ਗਈ ਆ, ਸੁਖਮਣੀ ਵਾਲੇ ਕਹਿੰਦੇ ਤੁਸੀਂ ਮੈਡੀਕਲ ਚ ਲੈ ਜਾਓ। ਠੀਕ ਹੈ, ਠੀਕ ਹੈ, ਵਧੀਆ, ਰਮਲਾ ਸਾਹਿਬ ਦਾ ਭਤੀਜਾ ਸਾਡੇ ਨਾਲ ਆ ਜੀ, ਗੱਡੀ ਉਹ ਡਰਾਈਵ ਕਰ ਰਿਹਾ ਸੀ। ਠੀਕ ਹੈ, ਮੈਂ ਤੇ ਮੇਰੇ ਬੇਟੇ ਨੇ ਗੱਡੀ ਚ ਉਹਨਾਂ ਨੂੰ ਚੱਕ ਕੇ ਪਾਇਆ। ਠੀਕ ਹੈ, ਇਹਨਾਂ ਦਾ ਕਹਿਣਾ ਹੈ ਕਿ ਉਹ ਲੂਲਾ ਲੰਗੜਾ ਸੀ, ਸੇਵਾ ਕੀਤੀ। ਮੈਂ ਨੀ ਕਹਿੰਦੀ ਜੀ ਮੈਂ ਸੇਵਾ ਕੀਤੀ, ਮੈਂ ਤਾਂ ਧਰਮ ਨਿਭਾਇਆ ਆਪਣਾ, ਮੈਂ ਤਾਂ ਉਹਦਾ ਇੱਕ ਫਰਜ਼ ਨਿਭਾਇਆ, ਇੱਕ ਮੇਰੇ ਗੁਰੂ ਸੀਗੇ ਉਹ। ਠੀਕ ਹੈ, ਮੇਰੇ ਫਾਦਰ ਸੀ, ਮੇਰੇ ਸਹੁਰਾ ਸਾਹਿਬ ਸੀ, ਮੇਰੇ ਸਾਥੀ ਸੀ। ਠੀਕ ਹੈ, ਮੈਂ ਇੱਕ ਫਰਜ਼ ਨਿਭਾਇਆ, ਨਾ ਕਿ ਕੋਈ ਉਹਨਾਂ ਤੇ ਆਸਾਨ ਨਹੀਂ ਕੀਤਾ। ਠੀਕ ਹੈ, ਜੋ ਐਲੀਗੇਸ਼ਨ ਲਾ ਰਹੀ ਆ, ਬੱਚੇ ਕੁੱਟਦੇ ਸੀ, ਬੱਚੇ ਮਾਰਦੇ ਸੀ ਵੀਰ ਜੀ, 9 ਸਾਲ ਉਹ 10 ਸਾਲ ਬੰਦਾ ਰਹਿ ਗਿਆ।
ਠੀਕ ਹੈ, ਉਹਨਾਂ ਨੂੰ ਜੇ ਇੱਕ ਪਰਿਵਾਰ ਉਹਨਾਂ ਨੂੰ ਕੁੱਟ ਰਿਹਾ ਹੈ, ਉਹ ਭੱਜੇ ਕਿਉਂ ਨਹੀਂ ਸਾਡੇ ਕੋਲੋਂ? ਹਾਂ ਬਿਲਕੁਲ ਜੀ, ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਮੈਂਡੀ ਤੁਸੀਂ, ਜੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਸਾਡੇ ਫਾਦਰ ਨੂੰ ਕੁੱਟ ਮਾਰ ਹੁੰਦੀ ਹੈ, ਕਿਉਂ ਨਹੀਂ ਲੈ ਕੇ ਗਈਆਂ ਆਪਣੇ ਕੋਲੇ? ਜੀ ਇਹ ਲੈ ਜਾਂਦੇ ਫਿਰ ਉਹਨੂੰ ਜੀ। ਇੱਕ ਉਹਨਾਂ ਦਾ ਹੋਰ ਇਲਜ਼ਾਮ ਸੀਗਾ, ਕਹਿੰਦੇ ਬਲੌਕ ਲਿਸਟ 'ਚ ਸਾਡਾ ਨੰਬਰ ਪਾਤਾ ਵੀ ਜੀ, ਇਹ ਝੂਠ ਮਾਰਦੇ ਜੇ ਬਲੌਕ ਲਿਸਟ 'ਚ ਨੰਬਰ ਪਾਇਆ ਹੁੰਦਾ ਫਿਰ ਪੈਸੇ ਕਿਵੇਂ ਮੰਗਾਉਂਦੀਆਂ ਸੀ ਇਹ? ਪੈਸੇ ਫਿਰ ਮੈਂ ਕਿਵੇਂ ਦੇ ਕੇ ਆਉਂਦੀ ਸੀ ਜੇ ਨੰਬਰ ਬਲੌਕ ਲਿਸਟ 'ਚ ਪਾਇਆ ਸੀ ਤਾਂ? ਜੀ ਧੱਕੇ ਨਾਲ ਕਹਿੰਦੇ ਪ੍ਰੋਪਰਟੀ ਲਗਵਾਈ ਹੈ, ਇਹ ਵੀ ਇਹਨਾਂ ਦਾ ਇਲਜ਼ਾਮ ਆ ਜੀ। ਇੱਕ ਵੀਰ ਜੀ, ਬੰਦਾ ਜੀਂਦੇ ਜੀ ਆਪਦੇ ਦੋ ਡੈਥ ਤੋਂ 2-3 ਸਾਲ ਬਾਅਦ ਮੈਨੇ ਮੇਰੇ ਨਾਂ ਉਹਨਾਂ ਨੇ ਜਾਇਦਾਦ ਕੀਤੀ ਆ, ਮੁੱਲ ਖਰੀਦੀ ਹੋਈ ਆ ਉਹ ਮੈਂ 5,70,000 ਚ। ਹਾਂਜੀ ਠੀਕ ਹੈ, ਮੈਂ ਲਾਈਵ ਵੀਰ ਜੀ ਮੈਂ ਵੀ ਹੋ ਸਕਦੀ ਲਾਈਵ, ਮੈਂ ਇਸ ਕਰਕੇ ਨਹੀਂ ਹੋ ਸਕੀ ਕਿਉਂਕਿ ਮੈਂ ਚਾਹੁੰਦੀ ਨਹੀਂ ਸੀ ਲਾਈਵ ਹੋਣਾ। ਮੇਰੇ ਸਰੋਤਿਆਂ ਦੇ ਦਿਲਾਂ ਚ ਮੈਨੂੰ ਬਹੁਤ ਪਿਆਰ ਕਰਦੇ ਨੇ, ਮੇਰੀ ਇੱਜ਼ਤ ਕਰਦੇ ਨੇ, ਮੈਂ ਨਹੀਂ ਚਾਹੁੰਦੀ ਸੀ ਉਹਨਾਂ ਸਰੋਤਿਆਂ ਦੀ ਨਜ਼ਰਾਂ ਚੋਂ ਮੈਂ ਗਿਰਾਂ। ਮੈਂ ਜੋ ਵੀ ਕੀਤਾ ਕਾਨੂੰਨ ਦੇ ਰਾਹੀਂ ਕਰੂੰਗੀ। ਜੇ ਮੈਨੂੰ ਇਹਨਾਂ ਨੂੰ ਮੇਰੇ ਤੇ ਏਦਾਂ ਕੋਈ ਸ਼ੱਕ ਆ ਵੀ ਇਹਨੇ ਮਾਰਤਾ, ਇਹ ਅਦਾਲਤ ਚ ਮੰਗਣ ਸਾਰੇ ਪ੍ਰੂਫ, ਮਹਿੰਦੀ ਨੂੰ ਮੈਂ ਕਿਉਂ ਪ੍ਰੂਫ ਦਵਾਂ? ਕੋਈ ਜੱਜ ਹਾਂਜੀ ਠੀਕ ਅਦਾਲਤ ਚ ਮੇਰੇ ਤੋਂ ਪ੍ਰੂਫ ਮੰਗਣ ਜੀ, ਇੱਕ ਇੱਕ ਪ੍ਰੂਫ ਦਊਂਗੀ ਠੀਕ ਹੈ। ਨਾਮ ਗਲਤ ਲਿਖਵਾਏ ਜੀ, ਮੈਂ ਇੱਕ ਗੱਲ ਤੁਹਾਨੂੰ ਕਹਿਣੀ ਆ, ਸ਼ਾਇਦ ਤੁਹਾਨੂੰ ਮੇਰੀ ਗੱਲ ਇਹ ਤੁਸੀਂ ਵੀ ਯਕੀਨ ਚ ਨਾ ਮੰਨੋ ਠੀਕ ਹੈ ਬਿਲਕੁਲ। ਜਿਸ ਟਾਈਮ ਮੇਰੀ ਬੁੱਕਲ ਦੇ ਵਿੱਚ ਰਮਲਾ ਸਾਹਿਬ ਦਾ ਸਿਰ ਸੀਗਾ, ਹਾਂਜੀ ਰਮਲਾ ਸਾਹਿਬ ਹੀ ਦਿਖ ਰਹੇ ਸੀ ਕਿ ਕਿਉਂਕਿ ਇੱਕ ਬੰਦੇ ਦੀ ਜਾਨ ਨਿਕਲ ਰਹੀ ਆ ਠੀਕ ਹੈ। ਉਸ ਟਾਈਮ ਫਾਈਲ ਦੇ ਉੱਪਰ ਮੈਂ ਨਾਮ ਨਹੀਂ ਲਿਖਾਇਆ, ਰਮਲਾ ਸਾਹਿਬ ਦੀ ਭਰਜਾਈ ਨੇ ਨਾਮ ਲਿਖਾਇਆ ਸੀ। ਉਹ ਰਮਲਾ ਸਾਹਿਬ ਦੇ ਫਾਦਰ ਦਾ ਨਾਮ ਗਿਆਨੀ ਪਿਆਰਾ ਸਿਉਂ ਲਿਖਾਉਣ ਦੀ ਬਜਾਏ ਧਾਰਾ ਸਿਉਂ ਲਿਖਾ ਬੈਠੀ ਠੀਕ ਹੈ। ਉਹ ਮੈਂ ਛੇਤੀ ਉਹਨਾਂ ਉਹ ਆਪਦੇ ਮੂੰਹੋਂ ਵੀ ਉਹ ਕਬੂਲ ਕਰਨਗੇ ਕਿ ਮੇਰੀ ਗਲਤੀ ਆ ਠੀਕ ਹੈ, ਜੋ ਕਿ ਮੈਂ ਤਾਂ ਇਹੀ ਕਹੂੰਗੀ ਅੱਜ ਮੈਨੂੰ ਭੁਗਤਣੀ ਪੈ ਰਹੀ ਆ ਠੀਕ ਹੈ। ਮੇਰੇ ਨਾਲ ਉਹਨਾਂ ਦੇ ਬੇਟਾ ਵੀ ਆ, ਜਿਨ੍ਹਾਂ ਦੀ ਮੰਮੀ ਨੇ ਨਾਮ ਲਿਖਾਇਆ ਹੈ ਉਹਨਾਂ ਦਾ ਬੇਟਾ ਮੇਰੇ ਕੋਲ ਆ ਇਸ ਟਾਈਮ, ਜੋ ਕਿ ਰਮਲਾ ਸਾਹਿਬ ਦਾ ਭਤੀਜਾ ਜੀ ਠੀਕ ਹੈ। ਜੇ ਤੁਸੀਂ ਕਰਨੀ ਚਾਹੋ ਤਾਂ ਉਹਨਾਂ ਨਾਲ ਗੱਲ ਕਰਾ ਸਕਦੀ ਆ ਕਿ ਇਹਦੇ ਵਿੱਚ ਕਿੰਨਾ ਕੁ ਝੂਠ ਆ ਤੇ ਕਿੰਨਾ ਕੁ ਸੱਚ ਆ ਜੀ। ਇਹ ਤਾਂ ਬਿਲਕੁਲ ਤੁਸੀਂ ਜਦੋਂ ਦੱਸ ਹੀ ਦਿੱਤਾ ਹੀ ਹੈ ਨਾ, ਇਹਦੇ ਵਿੱਚ ਕੋਈ ਫਿਰ ਦੋ ਰਾਵਾਂ ਤਾਂ ਰਹਿੰਦੀਆਂ ਨਹੀਂ, ਕਿਉਂਕਿ ਜੇ ਉਹਨਾਂ ਨੇ ਵੀ ਉਹੀ ਗੱਲ ਦੱਸਣੀ ਹੈ ਜਿਹੜੀ ਤੁਸੀਂ ਆਪਣੇ ਮੂੰਹੋਂ ਦੱਸ ਦਿੱਤੀ ਹੈ। ਅਤੇ ਤਕਰੀਬਨ ਮੈਨੂੰ ਵੀ ਇਸ ਗੱਲ ਦੇ ਵਿੱਚ, ਕਿਉਂਕਿ ਪਰਸਨਲੀ ਜੇ ਮੈਂ ਗੱਲ ਕਰਾਂ, ਮੈਂ ਖੁਦ ਮਿਲ ਕੇ ਆਇਆ। ਹਾਂਜੀ ਹਾਂਜੀ ਜੀ ਜੀ, ਕਿਉਂਕਿ ਮੈਂ 2 ਸਾਲ ਪਹਿਲਾਂ ਖੁਦ ਤੁਹਾਡੇ ਕੋਲ ਹੋ ਕੇ ਗਿਆ ਸੀਗਾ, ਕੋਈ ਇੱਦਾਂ ਦੀ ਮੈਨੂੰ ਗੱਲ ਲੱਗੀ ਨਹੀਂ ਹੈਗੀ, ਪਰ ਫਿਰ ਵੀ ਆਪਾਂ ਇਸ ਮਸਲੇ ਦੇ ਉੱਪਰ, ਮੇਰਾ ਇਹ ਫਰਜ਼ ਬਣਦਾ ਸੀਗਾ ਨਾ, ਕਿਉਂਕਿ ਉਹਨਾਂ ਨੇ ਇਲਜ਼ਾਮ ਲਗਾਏ ਆ ਕਚਹਿਰੀ ਦੇ ਵਿੱਚ। ਤੇ ਇਹ ਤਾਂ ਇੱਕ ਜਦੋਂ ਧਿਰ ਨੂੰ ਲੋਕ ਸੁਣ ਲੈਂਦੇ ਆ ਤੇ ਉਹ ਉਸ ਤਰ੍ਹਾਂ ਦਾ ਆਪਣਾ ਮਾਇੰਡ ਸੈਟ ਬਣਾ ਲੈਂਦੇ ਆ ਕਿ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਗਲਤ ਆ, ਕਿਉਂਕਿ ਉਹਨਾਂ ਨੇ ਇੱਕ ਪਾਸੜ ਗੱਲ ਸੁਣੀ ਹੁੰਦੀ ਹੈ। ਤੇ ਸਾਡਾ ਇਹ ਸੀਗਾ ਮਸਲਾ ਕਿ ਤੁਹਾਡੀ ਗੱਲ ਵੀ ਲੋਕਾਂ ਤੱਕ ਪਹੁੰਚਾਈ ਜਾ ਸਕੇ ਕਿ ਅਸਲ 'ਚ ਗੱਲ ਕੀ ਹੈ ਪੂਰੀ, ਹੈ ਨਾ। ਅਤੇ ਇੱਕ ਉਹਨਾਂ ਨੇ ਹੋਰ ਕਿਹਾ ਸੀਗਾ ਕਿ ਤੂੰਬੀ ਦਾ ਕੋਈ ਮਸਲਾ, ਉਹ ਕਹਿੰਦੇ ਵੀ ਤੂੰਬੀ ਸਾਨੂੰ ਚਾਹੀਦੀ ਹੈ ਉਹਨਾਂ ਦੀ, ਕਿਉਂਕਿ ਵਿਰਾਸਤ ਆ। ਵੀਰ ਜੀ ਤੂੰਬੀ ਦਾ ਕੋਈ ਮਸਲਾ ਨਹੀਂ, ਤੂੰਬੀ ਮੈਂ ਦੇ ਸਕਦੀ ਹਾਂ, ਤੂੰਬੀ ਮੈਨੂੰ, ਮੈਂ ਤੂੰਬੀ ਕੀ ਕਰਨੀ ਹੈ ਜੀ ਮੇਰੇ ਕਿਸ ਕੰਮ ਜੀ, ਤੂੰਬੀ ਵਜਾਉਣ ਵਾਲਾ ਚਲਾ ਗਿਆ ਤੂੰਬੀ ਨੂੰ ਮੈਂ ਕੀ ਕਰਨਾ। ਪਰ ਮਸਲਾ ਇਸ ਗੱਲ ਦਾ ਹੈ ਕਿ ਜਿਉਂਦੇ ਬੰਦੇ ਨੂੰ ਕੋਈ ਪਾਣੀ ਨਹੀਂ ਪੁੱਛਦਾ ਜੀ, ਬਾਅਦ ਚ ਦੇਸੀ ਘਿਓ ਦੇ ਦੀਵੇ ਜਗਾਏ ਜਾਂਦੇ ਕਾਹਦੇ ਲਈ, ਕਾਹਦੇ ਲਈ ਦਿਖਾਵਾ ਠੀਕ ਹੈ, ਸਿਰਫ ਇਸ ਲਈ ਵੀ ਸਾਡੀ ਵਾਹ ਵਾਹ ਹੋ ਜੇ ਠੀਕ ਹੈ ਜੀ, ਸਾਡਾ ਨਾਮ ਬਣ ਜੇ ਜੀ ਇਹ ਫਲਾਨੇ ਦੇ ਬੱਚੇ ਆ, ਕਿਉਂ ਨੀ ਲਿਖਾਏ ਗਏ ਉਦੋਂ? ਰਮਲਾ ਸਾਹਿਬ ਦਾ ਗੋਤ ਪੱਟੀ ਸੀਗਾ, ਕਿਉਂ ਨੀ ਪੱਟੀ ਲਿਖਾਇਆ ਗਿਆ ਜੀ ਠੀਕ ਹੈ ਜੀ? ਰਮਲਾ ਸਾਹਿਬ ਦੇ ਮਗਰ ਕਿਉਂ ਨੀ ਫਾਦਰ ਨਾਮ ਜੋੜਿਆ ਗਿਆ ਜੀ? ਮਹਿੰਦੀ ਪੱਟੀ ਕਿਉਂ ਨੀ ਲਿਖਾਇਆ ਗਿਆ ਜੀ? ਸਹਿੰਦੀ ਪੱਟੀ ਕਿਉਂ ਨੀ ਲਿਖਾਇਆ ਗਿਆ ਜੀ? ਜੀ ਠੀਕ ਹੈ ਬਿਲਕੁਲ, ਕਿਤੇ ਕਿਸੇ ਜਗ੍ਹਾ ਤੇ ਪੂਰੀਆਂ ਤਾਂ ਉਤਰਨ ਨਾ, ਏਦਾਂ CBI ਤੋਂ ਜਾਂਚ ਕਰਾ ਲਓ, ਫਲਾਨਾ ਕਰਾ ਲਓ, ਟਮਕਾਨਾ, ਮੈਂ ਸਭ ਕੁਛ ਸੁਣ ਰਹੀ ਹਾਂ ਵੀਰ ਜੀ ਠੀਕ ਹੈ। ਮੈਂ ਹੁਣ ਖੁਦ ਅਦਾਲਤ ਵਿੱਚ ਮੈਂ ਖੁਦ ਆਪਣੇ ਪ੍ਰੂਫ ਦਊਂਗੀ ਠੀਕ ਹੈ, ਕਿਉਂਕਿ ਸੱਚੇ ਬੰਦੇ ਨੂੰ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਵੀਰ ਜੀ, ਸੱਚੇ ਮੈਂ ਸੱਚੀ ਹਾਂ ਤੇ ਸੱਚ ਹਮੇਸ਼ਾ ਜਿੱਤਦਾ, ਝੂਠ ਦੇ ਪੈਰ ਨਹੀਂ ਹੁੰਦੇ। ਬਿਲਕੁਲ ਜੀ ਜੀ, ਔਰ ਇਸ ਤੋਂ ਬਿਨਾਂ ਕੋਈ ਹੋਰ ਗੱਲਬਾਤ ਤੁਹਾਡੇ ਮਨ ਦੇ ਵਿੱਚ ਹੋਵੇ ਮੇਰੇ ਤੋਂ ਰਹਿ ਗਈ ਹੋਵੇ?
ਤੇ ਜ਼ਰੂਰ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ, ਜਿਹੜੇ ਆਪਣੇ ਸਰੋਤੇ ਨੇ ਉਹਨਾਂ ਨਾਲ ਸਾਂਝੀ ਕਰ ਸਕਦੇ ਹੋ। ਨਹੀਂ ਜੀ, ਮੈਂ ਇੰਨਾ ਹੀ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ, ਵੈਸੇ ਤਾਂ ਮੈਨੂੰ ਬਹੁਤ ਪਿਆਰ ਮਿਲਦੇ ਆ ਸਰੋਤਿਆਂ ਦਾ, ਸਰੋਤੇ ਸਭ ਜਾਣਦੇ ਨੇ ਜੀ। ਅੱਜ ਕੱਲ ਇਹ ਸੋਸ਼ਲ ਮੀਡੀਆ ਦਾ ਟਾਈਮ ਆ, ਹਾਂਜੀ, ਸਰੋਤਿਆਂ ਨੂੰ ਸਭ ਪਤਾ, ਕਿਉਂਕਿ ਜਿਹੜਾ ਬੰਦਾ ਜਿੰਦੇ ਜੀ ਆਪਣੀਆਂ ਇੰਟਰਵਿਊਆਂ ਦੇ ਗਿਆ, ਠੀਕ ਹੈ ਜੀ, ਜੀ ਜਿੰਦੇ ਜੀ ਉਹ ਸਭ ਕੁਛ ਕਰ ਗਿਆ, ਸਰੋਤਿਆਂ ਨੂੰ ਸਭ ਪਤਾ, ਸਰੋਤੇ ਸਭ ਜਾਣਦੇ ਆ ਜੀ, ਠੀਕ ਹੈ। ਪਰ ਫਿਰ ਵੀ ਮੈਂ ਉਹਨਾਂ ਦੇ ਬਾਵਜੂਦ ਵੀ ਇਹ ਕਹਿਣਾ ਚਾਹੁੰਦੀ ਹਾਂ, ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਮੇਰੇ ਨਾਲ ਸਰੋਤੇ ਜੁੜੇ ਨੇ, ਠੀਕ ਹੈ ਜੀ। ਮੈਂ ਉਹ ਮੈਨੂੰ ਪਿਆਰ ਕਰਦੇ ਨੇ, ਮੈਨੂੰ ਉਹਨਾਂ ਚੋਂ ਵੀ ਰੱਬ ਦਿਖਦਾ ਹੈ, ਕਿਉਂਕਿ ਸਰੋਤਿਆਂ ਦੇ ਵਿੱਚੋਂ ਰੱਬ ਮੈਂ ਵੇਖਿਆ, ਕਿਉਂਕਿ ਮੈਨੂੰ ਉਹਨਾਂ ਨੇ ਰਮਲਾ ਸਾਹਿਬ ਨਾਲ ਕਬੂਲਿਆ, ਠੀਕ ਹੈ। ਇੱਕ ਮੈਂ ਗੱਲ ਵੀਰ ਜੀ ਤੁਹਾਨੂੰ ਹੋਰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਉਹਨਾਂ ਦੇ ਬੇਟੀਆਂ ਲਈ, ਸ਼ਾਇਦ ਤੁਸੀਂ ਉਹਨਾਂ ਨੂੰ ਸਮਝਾ ਸਕੋ ਵੀ ਇਹਨਾਂ ਚੀਜ਼ਾਂ 'ਚ ਕੁਛ ਨੀ ਪਿਆ, ਕਿਉਂਕਿ ਨਾ ਤਾਂ ਮੇਰੀ ਮੇਰੀ ਮਿੱਟੀ ਨੀ ਪਲੀਤ ਹੋ ਰਹੀ, ਜੋ ਚਾਹੁੰਦੀਆਂ ਨਾ ਰਾਉਣੀ ਅਸੀਂ ਨਵਜੋਤ ਦੀ ਮਿੱਟੀ ਪਲੀਤ ਕਰਾਂਗੇ, ਨੋ ਨੈਵਰ, ਮੇਰੀ ਮਿੱਟੀ ਨੀ ਪਲੀਤ ਹੋ ਰਹੀ, ਸਿਰਫ ਰਮਲਾ ਸਾਹਿਬ ਦੀ ਮਿੱਟੀ ਪਲੀਤ ਕਰ ਰਹੀਆਂ, ਜੀ ਠੀਕ ਹੈ। ਹਾਂਜੀ ਹਾਂਜੀ, ਇੱਕ ਬੰਦਾ ਜਿਹੜਾ ਤੁੰਬੀ ਕਹਿੰਦਾ ਮੇਰੇ ਤੋਂ ਤੁੰਬੀ ਰਮਲਾ, ਮੇਰੀ ਤੁੰਬੀ ਵਜਾਉਂਦਾ ਸੀ, ਸ਼ਾਇਦ ਸੁਣਿਆ ਹੋਊਗਾ ਉਹ, ਸੁੱਖਾ, ਨਹੀਂ ਮੈਂ ਸੁਣਿਆ ਨੀ ਜੀ, ਜੀ ਸੁੱਖਾ ਹੈ ਜੀ, ਉਹ ਜਸਵਿੰਦਰ ਜੀਤੂ ਦਾ ਹਸਬੈਂਡ ਸੀਗਾ, ਠੀਕ ਹੈ ਜੀ, ਉਹ ਕਹਿ ਰਿਹਾ ਜੀ ਰਮਲਾ ਮੇਰੀ ਤੁੰਬੀ ਵਜਾਉਂਦਾ, ਮੈਨੂੰ 10 ਸਾਲ ਹੋ ਗਏ ਜੀ, ਰਮਲਾ ਸਿਰਫ ਸਾਡੇ ਵੀਰ ਜੀ ਬੋਰਡ ਬਰਾੜ ਨੇ ਝੋਟੀ ਵਾਲੇ ਪਿੰਡ ਤੋਂ, ਉਹਨਾਂ ਦੀ ਬਣਾਈ ਤੁੰਬੀ ਵਜਾਉਂਦੇ ਨੇ, ਠੀਕ ਹੈ। ਅੱਜ ਕੁੜੀ ਕਹਿ ਰਹੀ ਹੈ ਜੀ ਰਮਲਾ ਸਾਹਿਬ ਦਾ, ਸਾਰਿਆਂ ਨੂੰ ਪਤਾ ਕਿ ਰਮਲਾ ਸਾਹਿਬ 1 ਰੁਪਿਆ ਵੀ ਕਿਸੇ ਸਜਿੰਦੇ ਦਾ ਨਹੀਂ ਰੱਖਦੇ ਸੀ, ਹਾਂਜੀ ਠੀਕ ਹੈ, ਉਹਨਾਂ ਨੂੰ ਪੇਮੈਂਟ ਤਾਂ ਦੇਣੀ ਦੇਣੀ, ਉਹਨਾਂ ਨੂੰ ਉਹਨਾਂ ਦਾ ਨਾਸ਼ਤੇ ਦਾ ਵੀ ਖਰਚਾ ਦਿੰਦੇ ਸੀ, ਉਹਨਾਂ ਨੂੰ ਤੇਲ ਦਾ ਵੀ ਖਰਚਾ ਦਿੰਦੇ ਸੀ, ਠੀਕ ਹੈ। ਇੱਕ ਕੁੜੀ ਕਹਿ ਰਹੀ ਆ ਕਿ ਸੁੱਖੇ ਨੇ ਆਪਣੀ ਜ਼ਮੀਨ ਵੇਚ ਕੇ 8,000 ਰੁਪਇਆ ਰਮਲੇ ਨੂੰ ਦਿੱਤਾ ਤੇ ਅਜੇ ਤੱਕ ਮੁੜਿਆ ਨਹੀਂ। ਮੈਨੂੰ ਇੱਥੇ ਇਹ ਸਮਝ ਨਹੀਂ ਆ ਰਹੀ, ਤੁਸੀਂ ਸਮਝਦਾਰ ਹੋ ਸਾਰੇ, ਹਾਂਜੀ, ਕਿ ਉਹ ਰਮਲੇ ਦੀ ਤਰੀਫ ਆਪਣੇ ਪਿਓ ਦੀ ਤਰੀਫ ਕਰ ਰਹੀ ਆ, ਕਿ ਉਸ ਬੰਦੇ ਦੀ ਤਰੀਫ ਕਰ ਰਹੀ ਆ ਕਿ ਰਮਲੇ ਦੀ ਬੁਰਾਈ ਕਰ ਰਹੀ ਆ ਉਹ। ਅੱਛਾ ਜੀ, ਇਹ ਗੱਲ ਵੀ ਕਹੀ ਗਈ ਹੈ, ਠੀਕ ਹੈ, ਹਾਂਜੀ ਇਹ ਗੱਲ ਕਹੀ ਗਈ ਹੈ ਜੀ। ਇੱਥੇ ਤੁਸੀਂ ਦੇਖੋ ਜੀ ਕਿਹੜਾ ਪਿਆਰ ਪਾਪਾ ਨਾਲ ਜਗਾਇਆ ਗਿਆ ਜੀ, 18 ਮਾਰਚ ਤੋਂ ਪਹਿਲਾਂ ਦੀਆਂ ਮੈਂਡੀ ਸੈਂਡੀ ਦੀਆਂ ਪੋਸਟਾਂ ਚੈੱਕ ਕਰ ਲਓ ਜੀ, ਕਿਤੇ ਪਾਪਾ ਦਾ ਜ਼ਿਕਰ ਸੀਗਾ, ਠੀਕ ਹੈ। ਇਹ ਡੈਥ ਤੋਂ ਬਾਅਦ ਹੀ ਪਾਪਾ ਦਾ ਜ਼ਿਕਰ ਕਿਵੇਂ ਹੋਣ ਲੱਗ ਗਿਆ ਜੀ, ਇੰਨਾ ਪਿਆਰ ਅਚਾਨਕ ਕਿਵੇਂ ਉੱਭਰ ਆਇਆ ਜੀ। ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਪਰਟੀ ਦਾ ਮਸਲਾ ਤਾਂ ਨਹੀਂ ਲੱਗ ਰਿਹਾ, ਜਿੱਦਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਧੱਕੇ ਨਾਲ ਪ੍ਰੋਪਰਟੀ ਹਥਿਆਈ ਗਈ ਹੈ, ਜਾਂ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਇੱਕ ਮੇਰੀ ਗੱਲ ਸੁਣੋ, ਮੈਨੂੰ 10 ਸਾਲ ਹੋ ਗਏ ਜੀ ਰਮਲਾ ਸਾਹਿਬ ਨਾਲ 9 ਸਾਲ ਕੰਮ ਕਰਦੀ ਨੂੰ, ਠੀਕ ਹੈ। ਜੇ ਕੋਈ ਮੈਂ ਪ੍ਰੋਪਰਟੀ ਬਣਾਈ ਆ ਤਾਂ ਮੈਂ ਖੁਦ ਮਿਹਨਤ ਕੀਤੀ ਹੈ ਜੀ, ਦੂਸਰੀ ਗੱਲ ਆ ਕਿ ਪ੍ਰੋਪਰਟੀ ਮੈਂ ਉਹਨਾਂ ਤੋਂ ਮੁੱਲ ਖਰੀਦੀ ਸੀ, ਠੀਕ ਹੈ, ਜਿਹੜੀ ਚੀਜ਼ ਮੈਂ ਮੁੱਲ ਖਰੀਦੀ ਉਹ ਤਾਂ ਮੈਂ ਦੇ ਨਹੀਂ ਸਕਦੀ, ਠੀਕ ਹੈ, ਠੀਕ ਹੈ ਜੀ, ਜੀ ਤੇਰੇ ਮੁੱਲ ਚੀਜ਼ ਖਰੀਦੋ ਤੁਹਾਡੇ ਤੋਂ ਕੋਈ ਧੱਕੇ ਨਾਲ ਲੈ ਸਕਦਾ ਜੀ, ਜੀ ਬਿਲਕੁਲ ਨਹੀਂ ਲੈ ਸਕਦਾ, ਨਹੀਂ ਲੈ ਸਕਦਾ ਨਾ। ਅੱਛਾ ਜਿਹੜੀ ਗੱਲ ਇਹਨਾਂ ਨੂੰ ਕਿਹਾ ਸੀ ਵੀ ਜਿਹੜੀ ਚੀਜ਼ ਸਾਡੇ ਨੱਥ ਬੋਲਦੀ ਆ ਤੁਸੀਂ ਲੈ ਲਓ, ਮੈਂ ਵਿੱਚ ਨਹੀਂ ਆਈ ਤੁਹਾਡੇ ਜੀ, ਠੀਕ ਹੈ, ਮੈਂ ਵਿੱਚ ਬਿਲਕੁਲ ਨਹੀਂ ਆਉਂਦੀ ਜੀ। ਇਹ ਗੱਲ ਮੈਂ ਉਹਨਾਂ ਦੇ ਬੇਟਿਆਂ ਨੂੰ ਵੀ ਕਹੀ ਹੋਈ ਸੀ, ਜਿਹੜੀ ਚੀਜ਼ ਉਹਨਾਂ ਦੇ ਨਾਂ ਬੋਲਦੀ ਉਹ ਲੈ ਸਕਦੇ ਨੇ ਜੀ, ਠੀਕ ਹੈ। ਇਹਨਾਂ ਨੇ ਇਹਨਾਂ ਪਹਿਲਾਂ ਵੀ ਸਾਰੀ ਰਮਲਾ ਸਾਹਿਬ ਨੇ ਆਪਣੇ ਇੰਟਰਵਿਊਆਂ 'ਚ ਕਿਹਾ ਜੀ ਸਾਰਿਆਂ ਨੂੰ ਪ੍ਰੋਪਰਟੀ ਬਣਾ ਕੇ ਦਿੱਤੀ ਆ, ਪਰਮਜੀਤ ਨੂੰ ਵੀ ਪ੍ਰੋਪਰਟੀ ਮੋਟੀ ਦਿੱਤੀ ਆ, ਬੱਚਿਆਂ ਨੂੰ ਵੀ ਪ੍ਰੋਪਰਟੀ ਦਿੱਤੀ ਆ, ਅੱਜ ਜੋ ਮਰਜ਼ੀ ਉਹਨਾਂ ਦੀ ਭੰਡੀ ਪ੍ਰਚਾਰ ਕਰੀ ਜਾਣ, ਇਹ ਗਲਤ ਕਰ ਰਹੇ ਨੇ ਜੀ। ਮੈਂ ਤਾਂ ਇਹੀ ਕਹਿ ਰਹੂੰਗੀ ਵੀ ਉਹਨਾਂ ਨੂੰ ਜਿੰਦਿਆਂ ਨੂੰ ਤਾਂ ਸੁੱਖ ਨਹੀਂ ਮਿਲਿਆ, ਮਰਿਆਂ ਨੂੰ ਤਾਂ ਇਹ ਟਿਕਣ ਦੇਣ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਓਕੇ ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਵੀ ਗੱਲ ਹੋ ਸਕੇ ਤੇ ਉਹਨਾਂ ਦਾ ਪੱਖ ਵੀ ਰੱਖਿਆ ਜਾ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਦੇਖਣ ਵਾਲੇ GT ਰੋਡ FM ਨੂੰ ਸੁਣਨ ਵਾਲੇ ਔਰ ਸਾਨੂੰ ਫੇਸਬੁੱਕ ਔਰ ਯੂਟਿਊਬ ਦੇ ਜ਼ਰੀਏ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਓਕੇ ਜੀ।